ਦੀ ਗੱਲ ਕਰੀਏ ਤਾਂ ਕਵਿਤਾ ਦੁਨੀਆ ਦਾ ਸਭ ਤੋਂ ਪੁਰਾਣਾ ਸਾਹਿਤ ਰੂਪ ਹੈ, ਠੀਕ ਹੈ, ਜਿਹਦੇ ਕਰਕੇ ਇਸ ਸਾਹਿਤ ਰੂਪ ਨੂੰ ਸਾਹਿਤ ਰੂਪਾਂ ਦੇ ਵਿੱਚੋਂ ਕਵਿਤਾ ਨੂੰ ਜੇਠੀ ਵੀ ਕਿਹਾ ਜਾਂਦਾ ਤੇ ਠੇਠੀ। ਕੁਝ ਵਿਦਵਾਨਾਂ ਦਾ ਵਿਚਾਰ ਇਹ ਆ ਵੀ ਜਦੋਂ ਆਮ ਮਨੁੱਖ ਆਪਣੀ ਖੁਸ਼ੀ ਨੂੰ ਪੇਸ਼ ਕਰਦਾ ਜਾਂ ਆਪਣੇ ਦੁੱਖ ਦੀ ਭਾਵਨਾ ਨੂੰ ਪੇਸ਼ ਕਰਦਾ ਤਾਂ ਉਹਨੂੰ ਇੱਕ ਲਿਖਤੀ ਰੂਪ ਦੇ ਵਿੱਚ ਲਿਖਿਆ ਜਾਂਦਾ, ਜਿਹੜੀ ਕਿ ਦੁਨੀਆ ਦੀ ਪਹਿਲੀ ਕਵਿਤਾ ਮੰਨੀ ਜਾਂਦੀ ਹੈ। ਜਿਵੇਂ ਖੁਸ਼ੀ ਵਿੱਚ ਮਾਰੀ ਗਈ ਕਿਲਕਾਰੀ ਅਤੇ ਦੁੱਖ ਦੇ ਵਿੱਚ ਜਿਹੜੀ ਮਨੁੱਖ ਦੇ ਅੰਦਰ ਪੇਸ਼ ਹੋਈ ਵੇਦਨਾ, ਠੀਕ ਹੈ, ਕਹਿੰਦੇ ਉਹ ਚੀਕ ਨੂੰ ਜਦੋਂ ਕਵਿਤਾ ਦੇ ਰਾਹੀਂ ਪੇਸ਼ ਕੀਤਾ ਜਾਂਦਾ ਤਾਂ ਉਹ ਪਹਿਲੀ ਦੁਨੀਆ ਦੀ ਪਹਿਲੀ ਕਵਿਤਾ ਮੰਨੀ ਜਾਂਦੀ ਹੈ। ਠੀਕ ਹੈ, ਹੁਣ ਅਸੀਂ ਗੱਲ ਕਰਦੇ ਹਾਂ ਕਵਿਤਾ ਦੀ ਪਰਿਭਾਸ਼ਾ ਦੀ। ਕਵਿਤਾ ਦੀ ਪਰਿਭਾਸ਼ਾ ਕੀ ਹੈ? ਕਵਿਤਾ ਤੋਂ ਭਾਵ ਕੀ ਹੈ? ਅਜਿਹੀ ਰਚਨਾ ਜਿਹਦੇ ਵਿੱਚ ਮਨੁੱਖ ਦੇ ਖਿਆਲ, ਜਜ਼ਬੇ, ਲੈ, ਤਾਲ ਤੇ ਵਜਨ ਤੋਲ ਦੇ ਸਮੇਲ ਨੂੰ ਪੇਸ਼ ਕੀਤਾ ਜਾਂਦਾ। ਹੁਣ ਜਦੋਂ ਕੋਈ ਵੀ ਕਵਿਤਾ ਕਵੀ ਨੇ ਕਵਿਤਾ ਲਿਖਣੀ ਹੁੰਦੀ ਆ ਤਾਂ ਉਹ ਕਵਿਤਾ ਦੇ ਵਿੱਚ ਆਪਣੇ ਹਾਵ ਭਾਵ, ਠੀਕ ਹੈ, ਆਪਣੀਆਂ ਕੋਈ ਕਵਿਤਾ ਮਤਲਬ ਉਦਾਸੀ ਦੇ ਰੂਪ ਵਿੱਚ ਲਿਖੀ ਜਾਂਦੀ ਆ, ਕਿਸੇ ਕਵਿਤਾ ਦੇ ਵਿੱਚ ਬਿਰਹਾ ਨੂੰ ਪੇਸ਼ ਕੀਤਾ ਜਾਂਦਾ, ਕਿਸੇ ਵਿੱਚ ਕਿਸੇ ਖੁਸ਼ੀ ਦੀ ਕਿਲਕਾਰੀ ਨੂੰ ਪੇਸ਼ ਕੀਤਾ ਜਾਂਦਾ। ਠੀਕ ਹੈ, ਮਤਲਬ ਜਿਹੜੇ ਕਵੀ ਦੇ ਹਾਵ ਭਾਵ ਹੁੰਦੇ ਆ ਜਦੋਂ ਉਹਨਾਂ ਨੂੰ ਆਪਣੀ ਕਲਮ ਦੇ ਰਾਹੀਂ ਲਿਖਦਾ ਤਾਂ ਉਹਨੂੰ ਕਵਿਤਾ ਕਿਹਾ ਜਾਂਦਾ। ਕਵਿਤਾ ਵਿੱਚ ਮਨੁੱਖੀ ਜਜ਼ਬੇ ਸ਼ਬਦਾਂ ਦਾ ਜਾਮਾ ਪਹਿਨ ਕੇ ਕਿਸੇ ਸੁਰ ਤਾਲ ਦੇ ਵਿੱਚ ਗੂੰਜ ਉੱਠਦੇ। ਸ਼ਬਦਾਂ ਦਾ ਜਾਮਾ ਪਹਿਨ ਕੇ ਮਤਲਬ ਜਦੋਂ ਮਨੁੱਖ ਦੇ ਮਨ ਅੰਦਰ, ਮਨੁੱਖ ਜਾਂ ਕਵੀ ਦੇ ਮਨ ਅੰਦਰ ਜਿਹੜੇ ਹਾਵ ਭਾਵ ਪ੍ਰਗਟ ਹੁੰਦੇ ਨੇ, ਠੀਕ ਹੈ, ਉਹਨਾਂ ਭਾਵਾਂ ਨੂੰ ਜਦੋਂ ਸ਼ਬਦਾਂ ਦਾ ਰੂਪ ਦੇ ਕੇ ਕੋਈ ਕਵੀ ਆਪਣੀ ਰਚਨਾ ਲਿਖਦਾ ਤਾਂ ਉਹਨੂੰ ਪਾਠਕ ਜਾਂ ਦਰਸ਼ਕ ਦੇ ਕਿਸੇ ਕਿਤਾਬ ਦੇ ਰਾਹੀਂ ਪੇਸ਼ ਕਰਦਾ ਤਾਂ ਉਹਨੂੰ ਕੀ ਕਹਿੰਦੇ ਆ? ਕਵਿਤਾ। ਨੈਕਸਟ ਅਸੀਂ ਗੱਲ ਕਰਦੇ ਹਾਂ ਕਵੀ ਦੀ। ਕਵੀ ਕੀ ਆ? ਕਵਿਤਾ ਦੀ ਕਵਿਤਾ ਲਿਖਣ ਵਾਲਾ ਜਿਹੜਾ ਕਵੀ ਹੈ ਉਹ ਸੰਵੇਦਨਸ਼ੀਲ ਵਿਅਕਤੀ ਹੁੰਦਾ, ਠੀਕ ਹੈ, ਉਹਦੇ ਅੰਦਰ ਮਨੁੱਖੀ ਜਜ਼ਬਾਤਾਂ ਦੀ ਪ੍ਰਤੀਨਿਧਤਾ ਹੁੰਦੀ ਆ, ਮਨੁੱਖੀ ਜਜ਼ਬਾਤ ਹੁੰਦੇ ਆ। ਜਦੋਂ ਕਵੀ ਆਪਣੀ ਕਵਿਤਾ ਲਿਖ ਰਿਹਾ ਹੁੰਦਾ ਤਾਂ ਉਹਦੇ ਮਨ ਦੇ ਵਿੱਚ ਮਨੁੱਖ ਦੇ ਜਜ਼ਬਾਤ ਹੁੰਦੇ ਆ, ਮਨੁੱਖ ਦੇ ਹਾਵ ਭਾਵ ਪ੍ਰਗਟ ਹੁੰਦੇ ਆ। ਉਹਦੇ ਵਿੱਚ ਖੁਸ਼ੀ ਵੀ ਹੋ ਸਕਦੀ ਆ, ਗਮੀ ਵੀ ਹੋ ਸਕਦੀ ਆ, ਠੀਕ ਹੈ, ਜਾਂ ਜੀਵਨ ਦੀ ਪੜਚੋਲ ਵੀ ਮੰਨਿਆ ਜਾਂਦਾ ਕਵਿਤਾ ਨੂੰ। ਮਤਲਬ ਕਿਸੇ ਜੀਵ ਕਿਸੇ ਵਿਅਕਤੀ ਦੇ ਜੀਵਨ ਦੀ ਪੜਚੋਲ, ਉਹਦੀ ਜ਼ਿੰਦਗੀ ਕਿਸ ਤਰ੍ਹਾਂ ਦੀ ਆ ਜਾਂ ਮਨੁੱਖੀ ਜਜ਼ਬੇ ਕਿਸ ਤਰ੍ਹਾਂ ਦੇ ਆ, ਠੀਕ ਹੈ, ਉਹਨਾਂ ਨੂੰ ਹਾਵ ਭਾਵ ਨੂੰ ਲੈ ਕੇ ਜਿਹੜੀ ਕਵਿਤਾ ਲਿਖੀ ਜਾਂਦੀ ਆ। ਉਹ ਸੰਵੇਦਨਾ ਦੇ ਸਮਰੱਥਾ ਦੇ ਨਾਲ ਸਮੁੱਚੀ ਲਕਾਈ ਦੇ, ਹੁਣ ਇਹਦੇ ਵਿੱਚ ਗੱਲ ਕਰਦੇ ਹਾਂ ਉਹ ਕਵੀ ਦੀ। ਕਵੀ ਕੀ ਆ? ਆਪਣੀ ਸੰਵੇਦਨਾ ਤੇ ਸਮਰੱਥਾ ਦੇ ਨਾਲ, ਸੰਵੇਦਨਾ ਮਤਲਬ ਆਪਣੇ ਮਨ ਦੇ ਭਾਵਾਂ ਦੇ ਨਾਲ ਸਮੁੱਚੀ ਲਕਾਈ ਦੀ, ਸਮੁੱਚੀ ਲਕਾਈ ਜਿਹੜੀ ਸਾਰੀ ਜਨਤਾ ਦੁਨੀਆਂ ਦੇ ਦੁੱਖਾਂ ਦਰਦਾਂ ਤੇ ਖੁਸ਼ੀਆਂ ਖੇੜਿਆਂ ਨੂੰ ਆਪਣਾ ਬਣਾ ਕੇ ਪੇਸ਼ ਕਰਦੀ, ਆਪਣੇ ਨਿੱਜੀ ਦੁੱਖਾਂ ਤੇ ਖੁਸ਼ੀਆਂ ਨੂੰ ਸਮੂਹਕ ਬਣਾ ਕੇ ਪੇਸ਼ ਕਰਦੀ। ਜਦੋਂ ਕਵੀ ਆਪਣੀ ਕਵਿਤਾ ਦੀ ਰਚਨਾ ਕਰ ਰਿਹਾ ਹੁੰਦਾ ਤਾਂ ਉਸ ਸਮੇਂ ਉਹ ਕਲਪਨਾ ਨੂੰ ਲੈ ਕੇ ਕਵਿਤਾ ਦੀ ਰਚਨਾ ਕਰਦਾ, ਉਹਦੇ ਮਨ ਦੇ ਵਿੱਚ ਜੋ ਵਿਚਾਰ ਆਉਂਦੇ ਆ ਉਹ ਕਲਪਨਾ ਦੇ ਰਾਹੀਂ ਆਪਣੇ ਜਿਹੜੇ ਪਾਠਕ ਜਾਂ ਦਰਸ਼ਕ ਆ ਉਹਨੂੰ ਉਸ ਮਤਲਬ ਸਿਚੁਏਸ਼ਨ ਦੇ ਵਿੱਚ ਲੈ ਜਾਂਦੇ ਆ, ਠੀਕ ਹੈ, ਮਤਲਬ ਇੱਕ ਤਰ੍ਹਾਂ ਦੇ ਨਾਲ ਕਲਪਨਾ ਦੀ ਉਡਾਰੀ ਹੁੰਦੀ ਆ, ਠੀਕ ਹੈ, ਜਿਹਦੇ ਨਾਲ ਕਿ ਕਵੀ ਹੈ ਉਹ ਆਪਣੀ ਰਚਨਾ ਨੂੰ ਮਹੱਤਵਪੂਰਨ ਬਣਾਉਂਦਾ, ਆਪਣੀ ਰਚਨਾ ਨੂੰ ਸੰਵੇਦਨਸ਼ੀਲ ਵਿਅਕਤੀ ਹੋਣ ਦੇ ਨਾਂ ਤੇ ਪਾਠਕ ਜਾਂ ਦਰਸ਼ਕ ਦੇ ਅੱਗੇ ਪੇਸ਼ ਕਰਦਾ। ਨੈਕਸਟ ਗੱਲ ਕਰਦੇ ਹਾਂ ਕਵਿਤਾ ਦੇ ਤੱਤ। ਸਭ ਤੋਂ ਫਸਟ ਤੱਤ ਹੈ ਕਾਵਿ ਭਾਸ਼ਾ। ਸਭ ਤੋਂ ਪਹਿਲਾਂ ਅਸੀਂ ਗੱਲ ਕਰਦੇ ਹਾਂ ਕਾਵਿ ਭਾਸ਼ਾ। ਕਹਿੰਦੇ ਭਾਸ਼ਾ ਦੇ ਵਿੱਚ ਜਦੋਂ ਕਵਿਤਾ ਦੀ ਰਚਨਾ ਕਰਨੀ ਹੈ ਤਾਂ ਕਾਵਿ ਭਾਸ਼ਾ ਨੂੰ ਕੱਚਾ ਮਸਾਲਾ ਕਿਹਾ ਜਾਂਦਾ। ਕਾਵਿ ਭਾਸ਼ਾ ਵਿੱਚ ਅਜੀਬ ਕੋਮਲਤਾ, ਅਰਥ ਸ਼ਕਤੀ, ਅਲੌਕਿਕ ਸੁੰਦਰਤਾ ਹੁੰਦੀ ਹੈ, ਜਿਹੜੀਆਂ ਕਿ ਸਾਡੇ ਭਾਵਨਾਵਾਂ, ਸਾਡੇ ਅਹਿਸਾਸਾਂ, ਸਾਡੇ ਸੰਵੇਦਨਾ ਨੂੰ ਜਗਾਉਂਦੀ ਹੈ। ਠੀਕ ਹੈ, ਕਾਵਿ ਭਾਸ਼ਾ ਭਾਵਾਂ ਦੇ ਅਨੁਕੂਲ ਹੁੰਦੀ ਆ, ਪਿਆਰ ਭਾਵ ਦੇ ਪ੍ਰਗਟਾਵੇ ਦੇ ਨਾਲ ਜਿਹੜੀ ਇਹ ਭਾਸ਼ਾ ਹੈ ਇਹ ਕੋਮਲ ਵੀ, ਸਹਿਜ ਭਰਪੂਰ ਵੀ ਤੇ ਸੰਵੇਦਨਾਸ਼ੀਲ ਵੀ ਹੁੰਦੀ ਹੈ। ਠੀਕ ਹੈ, ਇਸ ਤੋਂ ਇਲਾਵਾ ਕਾਵਿ ਭਾਸ਼ਾ ਦੀ ਗੱਲ ਕਰੀਏ ਤਾਂ ਕਾਵਿ ਭਾਸ਼ਾ ਦੇ ਵਿੱਚ ਸ਼ਬਦਾਂ ਦੀ ਚੋਣ ਦਾ ਬਹੁਤ ਮਹੱਤਵ ਹੁੰਦਾ। ਜੇ ਸਾਡੇ ਕੋਲ ਸ਼ਬਦ ਸਹੀ ਤਰੀਕੇ ਦੇ ਨਾਲ ਹੋਣਗੇ ਤਾਂ ਅਸੀਂ ਉਹਨਾਂ ਸ਼ਬਦਾਂ ਨੂੰ ਕਾਵਿ ਭਾਸ਼ਾ ਦਾ ਰੂਪ ਦੇ ਕੇ ਕਵਿਤਾ ਦੀ ਸਿਰਜਣਾ ਕਰ ਸਕਦੇ। ਇਸ ਤੋਂ ਇਲਾਵਾ ਕਾਵਿ ਭਾਸ਼ਾ ਲੈ ਵੀ ਹੁੰਦਾ, ਕਾਵਿ ਭਾਸ਼ਾ ਦੇ ਵਿੱਚ ਸੁਰ ਤਾਲ ਵੀ, ਸੰਗੀਤ ਆਤਮਿਕਤਾ ਵੀ ਹੁੰਦੀ ਹੈ ਜਿਹਦੇ ਸਹਾਰੇ ਕਵਿਤਾ ਦੀ ਰਚਨਾ ਕੀਤੀ ਜਾਂਦੀ ਹੈ। ਨੈਕਸਟ ਹੈ ਵਿਚਾਰ। ਮੈਂ ਪਹਿਲਾਂ ਹੀ ਦੱਸ ਚੁੱਕੀ ਹਾਂ ਵੀ ਜਿਹੜਾ ਕਵੀ ਹੈ ਉਹ ਇੱਕ ਸੰਵੇਦਨਸ਼ੀਲ ਵਿਅਕਤੀ।
ਹੁੰਦੀ ਆ ਉਹਦੇ ਮਨ ਦੇ ਵਿੱਚ ਬਹੁਤ ਸਾਰੇ ਵਿਚਾਰ ਆਉਂਦੇ ਆ ਠੀਕ ਹੈ ਮਤਲਬ ਛੋਟੇ ਵਿਚਾਰ ਵੀ ਆਉਂਦੇ ਆ ਵੱਡੇ ਵਿਚਾਰ ਵੀ ਆਉਂਦੇ ਆ ਕਹਿੰਦੇ ਮਨੁੱਖ ਉਦੋਂ ਤੱਕ ਇੱਕ ਚੰਗਾ ਕਵੀ ਨਹੀਂ ਬਣ ਸਕਦਾ ਜਦੋਂ ਤੱਕ ਉਹ ਪੂਰਾ ਵਿਚਾਰਕ ਫਿਲਾਸਫਰ ਨਹੀਂ ਹੁੰਦਾ ਮਤਲਬ ਜਦੋਂ ਤੱਕ ਉਹਦੇ ਮਨ ਦੇ ਵਿੱਚ ਵਿਚਾਰਾਂ ਦੇ ਭਾਵ ਪ੍ਰਗਟ ਨਹੀਂ ਹੁੰਦੇ ਜਿੰਨਾ ਟਾਈਮ ਤੱਕ ਵਿਚਾਰ ਨਹੀਂ ਹੋਣਗੇ ਉਨਾ ਟਾਈਮ ਤੱਕ ਜਿਹੜਾ ਕੋਈ ਵੀ ਕਵੀ ਹੈ ਉਹ ਆਪਣੀ ਕਵਿਤਾ ਦੀ ਸਿਰਜਣਾ ਨਹੀਂ ਕਰ ਸਕਦਾ ਕਿਤੇ ਵਿਚਾਰਾਂ ਨੂੰ ਸੰਚਾਰ ਦਾ ਆਧਾਰ ਨਾ ਮੰਨਣ ਵਾਲੇ ਸਮਾਜਵਾਦੀ ਫਰਾਂਸੀਸੀ ਕਵੀਆਂ ਦੀਆਂ ਕਵਿਤਾਵਾਂ ਵਿੱਚ ਵੀ ਉੱਚਤਮ ਵਿਚਾਰ ਪ੍ਰਗਟ ਹੋਏ ਨੇ ਕਹਿੰਦੇ ਪਰ ਕਵਿਤਾ ਦੇ ਵਿਚਾਰਾਂ ਦੇ ਨਾਲ ਨਾਲ ਸਾਨੂੰ ਕਲਾਤਮਿਕ ਤੱਤਾਂ ਦਾ ਵੀ ਧਿਆਨ ਰੱਖਣਾ ਪੈਂਦਾ ਜੇ ਸਾਡੇ ਕੋਲ ਵਿਚਾਰ ਵੀ ਹੋਣਗੇ ਕਲਾਤਮਿਕ ਤੱਤ ਵੀ ਹੋਣਗੇ ਜਿਹਦੇ ਸਹਾਰੇ ਅਸੀਂ ਕਵਿਤਾ ਨੂੰ ਪ੍ਰਭਾਵਸ਼ਾਲੀ ਤਰੀਕੇ ਦੇ ਨਾਲ ਪੇਸ਼ ਕਰਨਾ ਠੀਕ ਹੈ ਤਾਂ ਜਿਹੜੀ ਸਾਡੀ ਕਵਿਤਾ ਹੈ ਉਹ ਅਧੂਰੀ ਰਹਿ ਜਾਊ ਨੈਕਸਟ ਹੈ ਪ੍ਰਤੀਕ ਦੇ ਚਿੰਨ੍ਹ ਬਹੁਤ ਸਾਰੇ ਕਵੀ ਨੇ ਜਿਹੜੇ ਕਿ ਕਵਿਤਾ ਨੂੰ ਪੇਸ਼ ਕਰਨ ਲਈ ਪ੍ਰਤੀਕ ਦੇ ਚਿੰਨ੍ਹ ਵਰਤਦੇ ਨੇ ਜਿਵੇਂ ਕੋਈ ਵੀ ਕਵਿਤਾ ਪੇਸ਼ ਕਰਨੀ ਆ ਤਾਂ ਉਹਨੂੰ ਪ੍ਰਤੀਕਾਂ ਦੇ ਚਿੰਨ੍ਹਾਂ ਦੇ ਸਹਾਰੇ ਪੇਸ਼ ਕੀਤਾ ਜਾਂਦਾ ਮਤਲਬ ਉਸੇ ਕਵਿਤਾ ਦੇ ਨਾਲ ਮਿਲਦੇ ਜੁਲਦੇ ਜਿਹੜੇ ਪ੍ਰਤੀਕ ਨੇ ਜਾਂ ਚਿੰਨ੍ਹ ਨੇ ਵਰਤੇ ਜਾਂਦੇ ਨੇ ਜਿਵੇਂ ਕਿ ਇੱਕ ਸ਼ਾਹ ਹੁਸੈਨ ਦੇ ਚਰਖਾ ਮੇਰਾ ਰੰਗਲੜਾ ਠੀਕ ਹੈ ਉਹਦੇ ਵਿੱਚ ਚਰਖੇ ਨੂੰ ਇੱਕ ਪ੍ਰਤੀਕ ਚਿੰਨ੍ਹ ਮੰਨ ਕੇ ਪੇਸ਼ ਕੀਤਾ ਗਿਆ ਠੀਕ ਹੈ ਇਸ ਤੋਂ ਇਲਾਵਾ ਪ੍ਰੋਫੈਸਰ ਮੋਹਨ ਸਿੰਘ ਦੀ ਕਵਿਤਾ ਵੀ ਆ ਦੋ ਟੋਟਿਆਂ ਵਿੱਚ ਭੌਂ ਟੁੱਟੀ ਠੀਕ ਹੈ ਇਹਦੇ ਵਿੱਚ ਵੀ ਜਿਹੜੇ ਮਹਿਲਾ ਟੋਕਾ ਜੋਕਾ ਇਹ ਸਾਰੇ ਪ੍ਰਤੀਕ ਵਰਤੇ ਗਏ ਨੇ ਜਿਹਦੇ ਨਾਲ ਕਵੀ ਆਪਣੀ ਰਚਨਾ ਨੂੰ ਵਧੇਰੇ ਸੋਹਣੇ ਤਰੀਕੇ ਦੇ ਨਾਲ ਪੇਸ਼ ਕਰ ਸਕਦਾ ਨੈਕਸਟ ਹੈ ਕਲਪਨਾ ਕਲਪਨਾ ਵਾਲੀ ਮੈਂ ਪਹਿਲਾਂ ਹੀ ਦੱਸ ਚੁੱਕੀ ਹਾਂ ਵੀ ਕਲਪਨਾ ਦੇ ਸਹਾਰੇ ਜਿਹੜਾ ਕਵੀ ਹੈ ਉਹ ਮਤਲਬ ਆਸੇ ਪਾਸੇ ਦੀਆਂ ਜਿਹੜੇ ਆਲੇ ਦੁਆਲੇ ਦੇ ਵਾਤਾਵਰਨ ਵਿੱਚ ਜਿਹੜੇ ਵੀ ਉਹਦੇ ਵਿਚਾਰ ਮਨ ਦੇ ਵਿੱਚ ਆਉਂਦੇ ਨੇ ਉਹਨੂੰ ਕਲਪਨਾ ਦੇ ਨਾਲ ਪੇਸ਼ ਕਰ ਸਕਦਾ ਠੀਕ ਹੈ ਕਲਪਨਾ ਸ਼ਕਤੀ ਦੇ ਰਾਹੀਂ ਜਿਹੜਾ ਕਵੀ ਹੈ ਉਹ ਅਣਦੇਖੀਆਂ ਚੀਜ਼ਾਂ ਨੇ ਜਿਹੜੀਆਂ ਮਤਲਬ ਇਸ ਤਰ੍ਹਾਂ ਦੇ ਚਿੱਤਰ ਨੂੰ ਪੇਸ਼ ਕਰ ਦਿੰਦਾ ਵੀ ਜਦੋਂ ਕੋਈ ਵੀ ਪਾਠਕ ਜਾਂ ਦਰਸ਼ਕ ਕਵਿਤਾ ਨੂੰ ਪੜ੍ਹਦਾ ਤਾਂ ਉਹਦੇ ਮਨ ਦੇ ਵਿੱਚ ਉਸੇ ਤਰ੍ਹਾਂ ਦੇ ਚਿੱਤਰ ਪੇਸ਼ ਹੋ ਜਾਂਦੇ ਨੈਕਸਟ ਹੈ ਛੰਦ ਕਵਿਤਾ ਨੂੰ ਸੋਹਣੇ ਤਰੀਕੇ ਦੇ ਨਾਲ ਪੇਸ਼ ਕਰਨ ਦੇ ਲਈ ਛੰਦ ਵੀ ਵਰਤੇ ਜਾਂਦੇ ਆ ਅੱਜ ਕੱਲ੍ਹ ਜਿਹੜੀ ਛੰਦ ਮੁਕਤ ਕਵਿਤਾ ਲਿਖੀ ਜਾਂਦੀ ਹੈ ਛੰਦ ਦੇ ਵਿੱਚ ਵਜਨ ਤੋਂ ਲੈ ਵਿਸ਼ਰਾਮ ਨੂੰ ਮੁੱਖ ਰੱਖ ਕੇ ਜਿਹੜੀ ਕਵਿਤਾ ਲਿਖੀ ਜਾਂਦੀ ਹੈ ਮਤਲਬ ਜਿਹਦੇ ਵਿੱਚ ਸੋਠਾ ਸੰਦ ਚੌਪਈ ਛੰਦ ਵਰਤੇ ਜਾਂਦੇ ਆ ਠੀਕ ਹੈ ਮਤਲਬ ਛੰਦਾਂ ਦੇ ਸਹਾਰੇ ਵੀ ਜਿਹੜੀ ਬਹੁਤ ਸਾਰੀਆਂ ਰਚਨਾਵਾਂ ਲਿਖੀਆਂ ਗਈਆਂ ਮਤਲਬ ਵੀਰ ਭਾਵ ਦੇ ਵਿੱਚ ਵੀ ਛੰਦ ਵਰਤੇ ਗਏ ਆ ਇਸ ਤੋਂ ਇਲਾਵਾ ਚੌਪਈ ਛੰਦ ਦੀ ਵੀ ਵਰਤੋਂ ਕੀਤੀ ਗਈ ਹੈ ਠੀਕ ਹੈ ਜਿਹਦੇ ਨਾਲ ਕਿ ਕਵਿਤਾ ਨੂੰ ਵਧੇਰੇ ਭਾਵਾਂ ਤੇ ਵਿਚਾਰਾਂ ਦੇ ਨਾਲ ਉੱਭਰਦੇ ਤਰੀਕੇ ਦੇ ਨਾਲ ਪੇਸ਼ ਕੀਤਾ ਜਾਂਦਾ ਨੈਕਸਟ ਹੈ ਭਾਵ ਭਾਵ ਦੀ ਗੱਲ ਮੈਂ ਪਹਿਲਾਂ ਹੀ ਕਰ ਚੁੱਕੀ ਹਾਂ ਵੀ ਜਿਹੜੇ ਕਵੀ ਦੇ ਹਾਵ ਭਾਵ ਨੇ ਜਿਹੜੇ ਉਹਦੇ ਮਨ ਦੇ ਵਿੱਚ ਹਾਵ ਭਾਵ ਪ੍ਰਗਟ ਹੁੰਦੇ ਨੇ ਉਹਨੂੰ ਕਵਿਤਾ ਦੇ ਸਹਾਰੇ ਦਰਸ਼ਕਾਂ ਦੇ ਸਾਹਮਣੇ ਪੇਸ਼ ਕਰਦਾ ਨੈਕਸਟ ਹੈ ਬਿੰਬ ਬਿੰਬ ਦੇ ਵਿੱਚ ਜਿਵੇਂ ਆ ਜਾਂਦੇ ਆ ਨਾਦ ਬਿੰਬ ਹੋ ਗਿਆ ਛੋ ਬਿੰਬ ਰਸ ਬਿੰਬ ਜਿਹਦੇ ਸਹਾਰੇ ਜਿਹੜਾ ਪਾਠਕ ਦੇ ਦਿਮਾਗ ਦੇ ਵਿੱਚ ਉਸੇ ਤਰ੍ਹਾਂ ਦੀ ਜਿਹੜੀ ਤਸਵੀਰ ਆ ਉੱਭਰ ਕੇ ਸਾਹਮਣੇ ਆਉਂਦੀ ਹੈ ਠੀਕ ਹੈ ਜਾਂ ਮਤਲਬ ਇਸੇ ਤਰ੍ਹਾਂ ਦੇ ਆਵਾਜ਼ ਜਿਹਦੇ ਨਾਲ ਕਿ ਨਾਦ ਬਿੰਬ ਦੀ ਵਰਤੋਂ ਕੀਤੀ ਜਾਂਦੀ ਹੈ ਮਤਲਬ ਨਾਦ ਬਿੰਬ ਦੇ ਸਹਾਰੇ ਜਿਹੜਾ ਕਵੀ ਹੈ ਜਦੋਂ ਕਵਿਤਾ ਦੇ ਸ਼ਬਦਾਂ ਨੂੰ ਪਾਠਕ ਜਾਂ ਦਰਸ਼ਕ ਪੜ੍ਹਦਾ ਤਾਂ ਉਹਦੇ ਮਨ ਦੇ ਵਿੱਚ ਉਸੇ ਤਰ੍ਹਾਂ ਦੀ ਜਿਹੜੀ ਆਵਾਜ਼ ਪੈਦਾ ਹੋ ਜਾਂਦੀ ਹੈ ਮਤਲਬ ਉਸੇ ਤਰ੍ਹਾਂ ਦੇ ਭਾਵ ਪ੍ਰਗਟ ਕਰਨ ਦੇ ਲਈ ਵੀ ਬਿੰਬਾਂ ਦੀ ਵਰਤੋਂ ਕੀਤੀ ਜਾਂਦੀ ਹੈ ਨੈਕਸਟ ਹੈ ਅਲੰਕਾਰ ਅਲੰਕਾਰ ਕੀ ਹੈ ਅਲੰਕਾਰ ਦਾ ਅਰਥ ਹੁੰਦਾ ਗਹਿਣਾ ਕੋਈ ਵੀ ਕਵੀ ਹੈ ਜਿਹੜਾ ਉਹ ਆਪਣੀ ਕਵਿਤਾ ਨੂੰ ਸੋਹਜਮਈ ਤਰੀਕੇ ਦੇ ਨਾਲ ਪੇਸ਼ ਕਰਨਾ ਚਾਹੁੰਦਾ ਸੋਹਣੇ ਤਰੀਕੇ ਦੇ ਨਾਲ ਜਿਸ ਤਰ੍ਹਾਂ ਇੱਕ ਇਸਤਰੀ ਆਪਣੇ ਆਪ ਨੂੰ ਸੋਹਣਾ ਬਣਾਉਣ ਦੇ ਲਈ ਗਹਿਣੇ ਪਹਿਨਦੀ ਹੈ ਉਸੇ ਤਰ੍ਹਾਂ ਇੱਕ ਕਵੀ ਆਪਣੀ ਕਵਿਤਾ ਨੂੰ ਸੋਹਣੇ ਬਣਾਉਣ ਦੇ ਲਈ ਅਲੰਕਾਰ ਦੀ ਵਰਤੋਂ ਕਰਦਾ ਜਿਹਦੇ ਵਿੱਚ ਕਿ ਦ੍ਰਿਸ਼ਟਾਂਤ ਅਲੰਕਾਰ ਅਨੁਪ੍ਰਾਸ ਅਲੰਕਾਰ ਅਤਕਥਨੀ ਅਲੰਕਾਰ ਵੱਖੋ ਵੱਖਰੇ ਤਰ੍ਹਾਂ ਦੇ ਅਲੰਕਾਰ ਵਰਤੇ ਜਾਂਦੇ ਨੇ ਨੈਕਸਟ ਹੈ ਰਸ ਰਸ ਕੀ ਹੈ ਰਸ ਤੋਂ ਭਾਵ ਹੁੰਦਾ ਆਨੰਦ ਕੋਈ ਵੀ ਕਵੀ ਜਦੋਂ ਕਵਿਤਾ ਦੀ ਰਚਨਾ ਕਰਦਾ ਠੀਕ ਹੈ ਮਤਲਬ ਇਸ ਤਰੀਕੇ ਦੇ ਨਾਲ ਰਚਨਾ ਨੂੰ ਪੇਸ਼ ਕਰਦਾ ਕਿ ਪਾਠਕ ਜਾਂ ਦਰਸ਼ਕ ਨੂੰ ਰਚਨਾ ਪੜ੍ਹਨ ਦੇ ਨਾਲ ਉਹਦੇ ਮਨ ਦੇ ਵਿੱਚ ਜੋ ਸਹਿਜਮਈ ਆਨੰਦ ਹੁੰਦਾ ਉਹਨੂੰ ਹੀ ਰਸ ਕਿਹਾ ਜਾਂਦਾ ਠੀਕ ਹੈ ਇਸ ਤਰ੍ਹਾਂ ਕਵਿਤਾ ਦੀਆਂ ਕਈ ਕਿਸਮਾਂ ਨੇ ਜਿਹਦੇ ਵਿੱਚ ਹੋ ਗਿਆ ਕਿੱਸਾ ਵਾਰ ਜਗਨਾਮਾ ਜਾਂ ਗਜ਼ਲ ਕਵਿਤਾ ਜਾਂ ਰਹੱਸਮਈ ਕਵਿਤਾ ਮਤਲਬ ਜਿਹੜੇ ਕਵੀ ਨੇ ਉਹ ਵੱਖੋ ਵੱਖਰੇ ਤਰੀਕੇ ਦੇ ਨਾਲ ਕਵਿਤਾ ਨੂੰ ਪੇਸ਼ ਕਰਦੇ ਆ ਤੇ ਇਹਨਾਂ ਤੱਤਾਂ ਦੇ ਸਹਾਰੇ ਹੀ ਕਵਿਤਾ ਨੂੰ ਸੰਪੂਰਨ ਕੀਤਾ ਜਾਂਦਾ ਕਵਿਤਾ ਨੂੰ ਪ੍ਰਭਾਵਸ਼ਾਲੀ ਤਰੀਕੇ ਦੇ ਨਾਲ ਪੇਸ਼ ਕੀਤਾ